ਦੂਸਰੇ ਯੁੱਗ ਦੀ ਸ਼ੁਰੂਆਤ ਹੋਈ ਆ ਤੇ ਅਵਤਾਰ ਵੀ ਬਦਲਦੇ ਚਲੇ ਗਏ। ਸੋ ਇਹ ਕਲਯੁੱਗ ਦਾ ਚੌਥਾ ਯੁੱਗ ਹੈ। ਭੱਟਾਂ ਨੇ ਆਪਣੀ ਬਾਣੀ ਵਿੱਚ ਪ੍ਰਮਾਣ ਕੀਤਾ ਹੈ, ਸਤਯੁਗ ਤੈ ਮਾਣਿਓ ਛੱਲਿਓ ਬਲ ਬਾਵਨ ਪਾਇਓ, ਤ੍ਰੇਤੇ ਤੈ ਮਾਣਿਓ ਰਾਮ ਵਿਗਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਤਾਰ ਜੀਓ, ਉਪਰ ਸੈਨ ਕੋ ਰਾਜ ਮੈਂ ਭਗਤੈ ਜਨ ਜੀ, ਕਲਯੁਗ ਪ੍ਰਮਾਣ ਗੁਰੂ ਨਾਨਕ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਮਦਲ ਅਟਾਰਾ ਪਾਇਓ। ਇਹ ਚੌਥਾ ਯੁੱਗ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਯੁੱਗ ਹੈ। ਪਿਛਲਿਆਂ ਯੁੱਗਾਂ ਵਿੱਚ ਭਾਵੇਂ ਅਵਤਾਰ ਆਪਣੇ ਆਪਣੇ ਸਮੇਂ ਅਨੁਸਾਰ ਜੋ ਉਹਨਾਂ ਨੂੰ ਚੰਗਾ ਲੱਗਿਆ ਉਹ ਕਰਕੇ ਸੰਸਾਰ ਵਿੱਚ ਆਪਣੀ ਡਿਊਟੀ ਕਰਕੇ ਚਲੇ ਗਏ। ਇਹ ਚੌਥੇ ਵੀ ਯੁੱਗ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਦਸ ਰੂਪਾਂ ਵਿੱਚ ਸੰਸਾਰ ਵਿੱਚ ਵਿਚਰੇ ਨੇ। ਗਿਆਰਵੇਂ ਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੇ ਸੰਸਾਰ ਦੇ ਭਲੇ ਵਾਸਤੇ ਸਤਿਗੁਰੂ ਜੀ ਬਿਰਾਜਮਾਨ ਨੇ। ਜਿਹੜਾ ਵੀ ਗੁਰਮੁਖ ਭਾਵਨਾ ਨਾਲ ਦਰਸ਼ਨ ਕਰਦਾ ਹੈ, ਜਿਹੜਾ ਵੀ ਗੁਰਮੁਖ ਭਾਵਨਾ ਨਾਲ ਪਿਆਰ ਨਾਲ ਗੁਰੂ ਦੀ ਬਾਣੀ ਪੜ੍ਹਦਾ ਹੈ, ਜਾਂ ਜਿਹੜਾ ਵੀ ਭਾਵਨਾ ਦੇ ਨਾਲ ਗੁਰੂ ਅੱਗੇ ਕੋਈ ਅਰਦਾਸ ਕਰਦਾ ਹੈ, ਅਰਦਾਸ ਬਾਣੀ ਦੀ ਅਰਦਾਸ ਰੂਪ ਹੁੰਦੀ ਹੈ, ਮੱਥਾ ਟੇਕਣ ਵਾਲੇ ਨੂੰ ਭਾਈ ਗੁਰੂ ਵੱਲੋਂ ਬਖਸ਼ਿਸ਼ ਮਿਲਦੀ ਹੈ, ਦਰਸ਼ਨ ਕਰਨ ਵਾਲੇ ਗੁਰਮੁਖਾਂ ਦਾ ਸੰਸਾਰ ਪਤਾ ਹੁੰਦਾ ਹੈ। ਇਹ ਸਤਿਗੁਰੂ ਜੀ ਨੇ ਸਾਡੇ 'ਤੇ ਵੱਡੀ ਕਿਰਪਾ ਕੀਤੀ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਇਕੱਲੇ ਸਿੱਖ ਧਰਮ ਦੇ ਨਹੀਂ ਕਿ ਸਾਰਿਆਂ ਵਰਨਾਂ ਨੂੰ ਉਪਦੇਸ਼ ਦੇਣ ਵਾਲੇ ਗੁਰੂ ਨੇ, ਸਾਰਿਆਂ ਵਰਨਾਂ ਨੂੰ ਸਾਂਝਾ ਉਪਦੇਸ਼ ਸਤਿਗੁਰੂ ਜੀ ਨੇ ਦਿੱਤਾ ਹੈ। ਸੋ ਸਾਰਿਆਂ ਗੁਰੂਆਂ ਦੇ ਸਰਮੌਰ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਨੰਦੇੜ ਦੀ ਧਰਤੀ 'ਤੇ ਗੁਰਗੱਦੀ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬਖਸ਼ੀ ਸੀ, ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਤਕਰੀਬਨ ਸਾਰੇ ਵਿਸ਼ਵ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਗੁਰੂ ਨਾਨਕ ਨਾਮ ਲੇਵਾ ਬੈਠੇ ਨੇ, ਉੱਥੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਨੂੰ ਸਿੱਖਾਂ ਨੇ ਜਿਉਂਦੇ ਹੋਏ। ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮੇੜ ਬਾਣੀ ਇਕੱਤਰ ਕਰਕੇ ਸੰਪੂਰਨ ਕੀਤੀ, ਉਸ ਵੇਲੇ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕਰਨ ਵੇਲੇ ਬਾਬਾ ਬੁੱਢਾ ਜੀ ਉਹਨਾਂ ਦੇ ਸੀਸ 'ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚੜਵਾਏ ਗਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਕੀਤੇ ਗਏ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਰਾਤ ਦੇ ਸਮੇਂ 'ਤੇ ਸੁਰਖਾਸਨ ਕਰਨ ਦਾ ਸਮਾਂ ਆਇਆ ਅਤੇ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਿਆ, ਮਹਾਰਾਜ ਗ੍ਰੰਥ ਸਾਹਿਬ ਜੀ ਦਾ ਆਸਣ ਕਿੱਥੇ ਕੀਤਾ ਜਾਵੇ? ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਭਾਈ ਸਾਡੇ ਮੰਜੇ ਤੋਂ ਸਾਡੇ ਪਹਿਲੀ ਵਿਛਾਈ ਚੱਕ ਕੇ ਉਸ ਸਥਾਨ 'ਤੇ ਨਵੀਂ ਵਿਛਾਈ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪਾਸਨ ਕੀਤੇ ਜਾਣ। ਉਸ ਦਿਨ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਆਪਣਾ ਆਸਣ ਧਰਤੀ 'ਤੇ ਕਰ ਲਿਆ। ਐਡਾ ਵੱਡਾ ਸਤਿਕਾਰ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੀਤਾ। ਉਹਦੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ, ਜਿਨ੍ਹਾਂ ਦਾ ਸੀਸ ਕਿਸੇ ਵੀ ਅੱਗੇ ਝੁਕਿਆ ਨਹੀਂ, ਇੱਕ ਨਿਰੰਕਾਰ ਅੱਗੇ ਸੀਸ ਉਹਨਾਂ ਦਾ ਝੁਕਿਆ ਅਤੇ ਸੀਸ ਝੁਕਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਨਮਸਕਾਰ ਕੀਤੀ, ਦੰਡੌਤ ਕੀਤੀ ਅਤੇ ਤਿੰਨ ਪਰਿਕਰਮਾ ਕਰਕੇ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਵਚਨ ਕੀਤਾ ਵੀ ਅੱਜ ਤੋਂ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ। ਜੇ ਕਿਸੇ ਸਿੱਖ ਨੂੰ ਭਾਈ ਕੋਈ ਵਸਤੂ ਦੀ ਜ਼ਰੂਰਤ ਹੈ ਗੁਰੂ ਅੱਗੇ ਅਰਦਾਸ ਕਰੇ, ਜੇ ਕਿਸੇ ਸਿੱਖ ਨੇ ਕੋਈ ਅਰਦਾਸ ਕਰਨੀ ਹੈ, ਕੋਈ ਭਾਵਨਾ ਸੰਸਾਰ ਵਿੱਚ ਕਿਤੇ ਵੀ ਪੂਰੀ ਨਹੀਂ ਹੁੰਦੀ, ਉਹ ਸਿੱਖ ਗੁਰੂ ਅੱਗੇ ਅਰਦਾਸ ਕਰੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਸਭ ਸੰਸਾਰ ਦੀਆਂ ਮੰਗਾਂ ਭਾਵਨਾ ਪੂਰਨ ਹੋਣਗੀਆਂ। ਉਸ ਤੋਂ ਬਾਅਦ ਬਹੁਤ ਸਾਰੇ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੁੜ ਕੇ ਬੜੇ ਬੜੇ ਮਹਾਨ ਪੁਰਸ਼ ਹੋਏ ਨੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਨਾਲ ਆਪਣੇ ਮਨ ਨੂੰ ਜੋੜਨਾ ਕੀਤਾ ਹੈ। ਸੋ ਗੁਰਮੁਖ ਪਿਆਰਿਓ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸਭ ਤੋਂ ਵੱਡਾ ਸ੍ਰੇਸ਼ਟ ਇੱਕ ਬਚਨ 12 ਮਹਾਂ ਦੇ ਵਿੱਚ ਕੀਤਾ ਹੈ, ਹਰ ਜੀਵ ਟੁੱਟਣ ਦਾ ਜੋੜੀ ਹੈ ਜਿਸ ਅੱਗੇ ਸਭ ਨਿਵਾਰ। ਸੰਸਾਰ ਵਿੱਚ ਬੜੇ ਦੇਵੀ ਦੇਵਤੇ ਨੇ ਸਾਧ ਸੰਗਤ ਜੀ, ਆਮ ਤੌਰ 'ਤੇ 33 ਕਰੋੜ ਦੇਵਤਿਆਂ ਦੀ ਗਿਣਤੀ ਧਾਰਮਿਕ ਗ੍ਰੰਥਾਂ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ
ਕਿ ਆਪਣੀ ਰਸਨਾ ਦੁਆਰਾ ਸਤਿਗੁਰੂ ਜੀ ਨੇ ਦੱਸੀ ਹੈ, ਬਾਕੀ ਇਹ ਸਾਇੰਸਦਾਨਾਂ ਨੇ ਵੀ ਦੱਸੀ ਜਾਂ ਕਿਸੇ ਹੋਰ ਬੰਦੇ ਮਨੁੱਖ ਨੇ ਨਹੀਂ ਦੱਸੀ। ਇਹ ਗਿਣਤੀ ਜਾਂ ਤਾਂ ਪਰਮੇਸ਼ਰ ਹੀ ਦੱਸ ਸਕਦਾ ਹੈ ਜਾਂ ਭਾਈ ਪਰਮੇਸ਼ਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਇਹ ਦੱਸ ਸਕਦੀ। ਉਹਨਾਂ ਦੇਵਤਿਆਂ ਵਿੱਚੋਂ ਕਈ ਵੱਧ ਪਾਵਰਾਂ ਵਾਲੇ ਨੇ, ਕਈ ਥੋੜ੍ਹੀਆਂ ਥੋੜ੍ਹੀਆਂ ਪਾਵਰਾਂ ਵਾਲੇ ਨੇ। ਮਿਸਾਲ ਦੇ ਤੌਰ 'ਤੇ ਕਈ ਲੋਕ ਕਿਸੇ ਦਾ ਸਿਰ ਖਪਦਾ ਹੈ, ਸਿਰ ਨੂੰ ਖਾਕਦੇ ਨੇ, ਕਿਸੇ ਦੀ ਦਾੜ ਖੁੱਕਦੀ ਆ, ਦਾੜ ਨੂੰ ਖਾਕਣਾ ਕਰਦੇ ਨੇ, ਕਿਸੇ ਦੀ ਦਰਦ ਹੁੰਦੀ ਆ, ਉਹ ਦਰਦ ਨੂੰ ਖਾਕਣਾ ਕਰਦੇ ਨੇ। ਇਹ ਤਕਰੀਬਨ ਸਾਰੇ 33 ਕਰੋੜ ਦੇਵਤਿਆਂ ਦੇ ਕੋਲ ਵਾਪਰੀਆਂ ਨੇ। ਉਹਨਾਂ 33 ਕਰੋੜ ਦੇਵਤਿਆਂ ਦੇ ਕੋਲ ਆਪਣੀ ਆਪਣੀ ਗੁਰੂ ਵੱਲੋਂ ਬਖਸ਼ ਕੀਤੀ ਹੋਈ ਜਿਹੜੀ ਤਾਕਤ ਹੈ ਉਹ ਸੀਮਤ ਤਾਕਤ ਹੈ, ਉਹ ਸਾਰੇ ਪਰਮੇਸ਼ਰ ਤੋਂ ਹੀ ਤਾਕਤ ਲੈ ਕੇ ਵਰਤਦੇ ਨੇ। ਜੇ ਸਾਰੇ ਸੰਸਾਰ ਵਿੱਚ ਹਰੇਕ ਦੇਵੀ ਦੇਵਤੇ ਨੂੰ ਸਾਰਾ ਸੰਸਾਰ ਨਹੀਂ ਨਿਭਦਾ, ਜੇ ਨਿਭਦਾ ਹੈ ਤਾਂ ਸਾਰਾ ਸੰਸਾਰ ਸਾਹਿਬ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਸਾਰਾ ਜੋ ਨਿਭਦਾ, ਕਿਉਂਕਿ ਇਹਨੂੰ ਹਿੰਦੂ ਵੀ ਮੱਥਾ ਟੇਕਦੇ ਨੇ, ਮੁਸਲਮਾਨ ਵੀ ਮੱਥਾ ਟੇਕਦੇ ਨੇ, ਸਿੱਖ ਵੀ ਮੱਥਾ ਟੇਕਦੇ ਨੇ। ਭਾਵੇਂ ਵੈਸੇ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਉਂਦੇ ਹੋਣ ਅਤੇ ਦੂਸਰੇ ਧਰਮ ਵਾਲਾ ਵੀ ਪੁਰਖ ਅੱਗੇ ਤੋਂ ਸਤਿਕਾਰ ਦੇ ਨਾਲ ਇੱਕ ਸਾਈਡ 'ਤੇ ਹੋ ਕੇ ਖੜ੍ਹਾ ਹੋ ਜਾਂਦਾ, ਇਸ ਕਰਕੇ ਭਾਈ ਸਾਰਿਆਂ ਤੋਂ ਸਿੱਖ ਧਰਮ ਦੇ ਸਰਦਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਸਤਿਗੁਰੂ ਜੀ ਨੇ 12 ਮਹਾਂ ਜੇਠ ਦੇ ਮਹੀਨੇ ਦੇ ਵਿੱਚ ਇਹ ਸਾਨੂੰ ਗਿਆਨ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਜੀ ਨੇ ਹਰ ਜੇਠ ਚੁਣਨ ਦਾ ਲੋੜ ਹੀ ਹੈ। ਜੇਠ ਕਹਿੰਦੇ ਨੇ ਵੱਡੇ ਨੂੰ। ਆਮ ਤੌਰ 'ਤੇ ਜਦੋਂ ਬੀਬੀ ਵਿਆਹ ਹੀ ਜਾਂਦੀ ਹੈ ਉਹਦੇ ਪਤੀ ਤੋਂ ਜਿਹੜਾ ਵੱਡਾ ਹੁੰਦਾ ਉਹਨੂੰ ਜੇਠ ਦਾ ਦਰਜਾ ਦਿੱਤਾ ਜਾਂਦਾ। ਇਹ ਜੇਠ ਮਹੀਨਾ ਹੈ, ਇਹਦੇ ਵਿੱਚ ਸਭ ਤੋਂ ਵੱਡਾ ਦਿਨ ਜਿਹੜਾ ਸਾਰੇ ਸਾਲ ਵਿੱਚੋਂ ਸਭ ਤੋਂ ਵੱਡਾ ਦਿਨ ਇਸ ਵਿੱਚ ਹੀ ਆਵੇ ਅਤੇ ਸਭ ਤੋਂ ਛੋਟੀ ਰਾਤ ਵੀ ਇਸ ਵਿੱਚ ਹੀ ਆਵੇ। ਇਸ ਕਰਕੇ ਜੇਠ ਦਾ ਮਹੀਨਾ ਹੈ। ਸਤਿਗੁਰੂ ਜੀ ਨੇ ਕਹਿੰਦੇ ਜੇਠ ਮਹੀਨੇ ਦੇ ਵਿੱਚ ਭਾਈ ਐਸੇ ਪੁਰਖ ਨਾਲ ਜੁੜਨਾ ਕਰੋ ਜਿਸ ਪੁਰਖ ਨੂੰ, ਜਿਸ ਨਿਰੰਕਾਰ ਨੂੰ, ਜਿਸ ਅਵਤਾਰ ਨੂੰ, ਜਿਸ ਪੀਰ ਪੈਗੰਬਰ ਨੂੰ ਸਾਰੀ ਦੁਨੀਆ ਨਿਭਦੀ ਹੋਵੇ, ਸਾਰੇ ਉਹਦੇ ਤੋਂ ਛੋਟੇ ਹੋਣ, ਉਹਦੇ ਤੋਂ ਵੱਡਾ ਕੋਈ ਨਾ ਹੋਵੇ। ਤਾਂ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੁੜਨ ਵਾਸਤੇ ਤਾਕੀਦ ਕੀਤੀ ਹੈ ਹਰ ਜੇਠ ਜੁੜਨ ਦਾ ਲੋੜੀ ਹੈ। ਇਸ ਅੱਗੇ ਸਭ ਨਿਬੰਧ ਉਹਦੇ ਨਾਲ ਜੁੜਨਾ ਲੋੜਨਾ ਚਾਹੀਦਾ ਹੈ ਭਾਈ, ਇਹਦੇ ਅੱਗੇ ਸਾਰਾ ਸੰਸਾਰ ਨਿਭਦਾ ਹੈ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਜੇ ਕੋਈ ਸੂਰਮੇ ਦੇ ਚਰਨਾਂ ਵਿੱਚ ਚਲੇ ਜਾਵੇ ਤਾਂ ਸੂਰਮੇ ਮਰੇ ਅਤੇ ਭਾਵੇਂ ਕੋਈ ਲੈ ਜਾਵੇ ਤਾਂ ਲੈ ਜਾਵੇ, ਪਰ ਸੂਰਮਾ ਕਿਸੇ ਨੂੰ ਦਿੰਦਾ ਨਹੀਂ। ਇਹ ਮਹਾਂਪੁਰਸ਼ ਸੰਤ ਬਾਬਾ ਵੀਰ ਸਿੰਘ ਜੀ ਨਿਰੰਗਾਬਾਦ ਵਾਲੇ, ਉਹਨਾਂ ਦਾ ਪਿਛਲੇ ਮਹੀਨੇ ਵਿੱਚ ਸ਼ਹਾਦਤ ਬੜੀ ਧੂਮਧਾਮ ਨਾਲ ਸੰਸਾਰ ਵਿੱਚ ਲੋਕਾਂ ਨੇ ਮਨਾਈ ਹੈ। ਉਹਨਾਂ ਦੇ ਕੋਲ ਮਹਾਰਾਜਾ ਰਣਜੀਤ ਸਿੰਘ ਦੇ 2 ਸਾਹਿਬਜ਼ਾਦੇ ਕਸ਼ਮੀਰਾ ਸਿੰਘ ਅਤੇ ਪਿਛੋਰਾ ਸਿੰਘ, ਉਹ ਬਾਬਾ ਵੀਰ ਸਿੰਘ ਜੀ ਦੀ ਸਰਨ ਵਿੱਚ ਆ ਗਏ ਸਨ ਅਤੇ ਉਸ ਵੇਲੇ ਲਾਹੌਰ ਤੋਂ ਗੌਰਮੈਂਟ ਡੋਗਰਿਆਂ ਦੀ ਗੌਰਮੈਂਟ ਚੜ੍ਹ ਕੇ ਹੀਰਾ ਸਿੰਘ ਮੋਗਰਾ ਚੜ੍ਹ ਕੇ ਬਾਬਾ ਵੀਰ ਸਿੰਘ ਜੀ ਦੇ ਫੌਜਾਂ ਲੈ ਕੇ ਆਏ ਅਤੇ ਬਾਬਾ ਵੀਰ ਸਿੰਘ ਜੀ ਨੂੰ ਕਿਹਾ ਕਿ ਸਾਡੇ ਪਟੋਲੇ ਸਾਨੂੰ ਵਾਪਸ ਕਰ ਦਿੱਤੇ ਜਾਣ, ਤੁਹਾਨੂੰ ਕੁਛ ਨਹੀਂ ਕਿਹਾ ਜਾਵੇ। ਅੱਗੋਂ ਬਾਬਾ ਵੀਰ ਸਿੰਘ ਜੀ ਨੇ ਕਿਹਾ ਭਾਈ ਜਿਹੜਾ ਸੂਰਮੇ ਦੀ ਸਰਨ ਵਿੱਚ ਆ ਜਾਵੇ ਉਹ ਸੂਰਮੇ ਦੇ ਮਰੇ ਹੋਏ ਤਾਂ ਜੋ ਕੋਈ ਲੈ ਜਾਵੇ ਤਾਂ ਲੈ ਜਾਵੇ, ਪਰ ਜਿਉਂਦੇ ਜੀ ਸੂਰਮਾ ਕਿਸੇ ਨੂੰ ਦਿੰਦਾ ਨਹੀਂ। ਇਸੇ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਭਾਈ ਜਿਹੜੇ ਕਿਸੇ ਜਿਸ ਸੱਜਣ ਦੇ ਚਰਨਾਂ ਵਿੱਚ ਲੱਗੀਆਂ, ਜਿਸ ਪਰਮੇਸ਼ਰ ਦੇ ਚਰਨਾਂ ਵਿੱਚ ਲੱਗੀਆਂ ਹੋਈਆਂ, ਉਹ ਕਿਸੇ ਨੂੰ ਬੰਨ ਕੇ ਨਾ ਦੇਵੇ, ਕਿਸੇ ਨੂੰ ਪੜਾ ਨਾ ਦੇਵੇ, ਸਗੋਂ ਉਹਦੀ ਰੱਖਿਆ ਕਰੇ। ਸਦਨਾ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਨਿਰਪਕੰਨਿਆ ਦੇ ਕਾਰਨੇ ਰੁਪਇਆ ਪੇਖ ਧਾਰੀ, ਕਾ ਮਾਰਤੀ ਸੁਮਾਰਤੀ ਮਾਰਤੀ ਪੈਰ ਸੁਮਾਰੀ। ਜਦੋਂ ਸਦਨੇ ਨੂੰ ਨੀਹਾਂ ਵਿੱਚ ਚੱਲਣ ਦਾ ਹੁਕਮ ਦੇ ਦਿੱਤਾ, ਰਾਜੇ ਨੂੰ ਮਾਸ ਤੋਂ ਜਵਾਬ ਦੇ ਦਿੱਤਾ, ਤਾਂ ਫਿਰ ਜਦੋਂ ਸਦਨੇ ਨੂੰ ਨੀਹਾਂ ਵਿੱਚ ਚੜ੍ਹਨ ਲੱਗੇ ਅਤੇ ਨੀਹਾਂ ਵਿੱਚ ਚੜ੍ਹਦਿਆਂ ਚੜ੍ਹਦਿਆਂ ਸਦਨੇ ਨੇ ਨਿਰੰਕਾਰ ਜੀ ਅੱਗੇ ਪਰਮੇਸ਼ਰ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਹੁਣ ਤਾਂ ਤੁਹਾਡਾ, ਤੁਸੀਂ ਮੈਨੂੰ ਬਖਸ਼ ਲਓ, ਮੈਨੂੰ ਛਡਾਉਣਾ ਕਰੋ। ਤਾਂ ਸਦਨੇ ਜੀ ਨੇ ਫਿਰ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਰਚੀ ਹੈ, ਨਿਰਭ ਕੰਨਿਆ ਦੇ ਕਾਰਨੇ ਰੁਪਇਆ ਭੇਖ ਧਾਰੀ। ਇੱਕ ਰਾਜੇ ਦੀ ਕੰਨਿਆ ਨੂੰ ਲੈਣ ਵਾਸਤੇ ਇੱਕ ਭੇਖ ਧਾਰੀ ਵਿਸ਼ਨੂੰ ਬਣ ਗਿਆ ਸੀ। ਸੱਚੇ ਪਾਤਸ਼ਾਹ ਤੁਸੀਂ ਉਸ ਵਿਸ਼ਨੂੰ ਦੀ ਆਪਣੇ ਨਾਮ ਕਰਕੇ ਲਾਜ ਰੱਖੀ ਹੈ, ਉਹਦੀ ਤੁਸੀਂ ਮਦਦ ਕੀਤੀ ਹੈ। ਤਾਂ ਫਿਰ ਸਦਨੇ ਨੂੰ ਨਿਰੰਕਾਰ ਜੀ ਨੇ ਕਿਹਾ ਭਾਈ ਤੂੰ ਬਥੇਰੇ ਬੱਕਰੀਆਂ ਦੇ ਸਿਰ ਵੱਢੇ ਨੇ ਅਤੇ ਹੁਣ ਤੈਨੂੰ ਤਕਲੀਫ ਹੋਈ ਹੈ ਤਾਂ ਤੂੰ ਅਰਦਾਸਾਂ ਬੇਨਤੀਆਂ ਕਰਨ ਲੱਗੇ। ਫਿਰ ਸਦਨੇ ਨੇ ਦੂਸਰਾ ਵਚਨ ਕੀਤਾ, ਤਬ ਹੁਣ ਕਹਾਂ ਜਗਤ ਪੁਰਾ ਜੋ ਕਰਮ ਨਾ ਨਾਸੇ, ਸਿੰਘ ਸਰਨ ਕੰਤ ਜਾਈਏ ਜੋ ਜੰਬਕ ਤਰਾਸੇ।
ਇਹ ਤੈਨੂੰ ਮੈਂ ਜਗਤ ਦਾ ਗੁਰੂ ਕਿਸ ਤਰ੍ਹਾਂ ਕਹਾਂ ਕਿ ਤੂੰ ਮੇਰਾ ਕਰਮ ਨਹੀਂ ਕੱਟ ਸਕਦਾ ਅਤੇ ਜੇ ਸ਼ੇਰ ਦੀ ਸ਼ਰਨ ਪਿਆ ਗਿੱਦੜੇ ਹੀ ਲੜਾਈ ਜਾਣ ਤਾਂ ਫਿਰ ਸ਼ੇਰ ਦੀ ਸ਼ਰਨ ਪਿਆ ਕੀ ਫਾਇਦਾ ਹੋ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਈ ਯਾਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਲੱਗੇ ਨਾ ਹੀ ਸਨ ਵੈਸੇ ਮਾਣਕ ਮੋਤੀ ਜਿਹੜੇ ਨੇ ਜਾਂ ਹੀਰੇ ਜਵਾਹਰ ਲਾਲ ਆਦਿਕ ਨੇ ਬੜੀਆਂ ਕੀਮਤੀ ਪੱਥਰ ਨੇ ਇਹ ਪੱਥਰਾਂ ਦੀ ਚੋਰੀ ਤਾਂ ਹੋ ਸਕਦੀ ਹੈ ਕਿਸੇ ਮਾਸਟਰ ਦੇ ਕੋਲ ਉਹਦੀ ਵਿੱਦਿਆ ਨਹੀਂ ਹੋਈ ਜਾ ਸਕਦੀ ਉਹਦੇ ਕੋਲੋਂ ਧਨ ਦੌਲਤ ਕੱਪੜੇ ਉਹਦੀ ਜ਼ਮੀਨ ਤਾਂ ਹੋਈ ਜਾ ਸਕਦੀ ਇਸੇ ਤਰ੍ਹਾਂ ਭਾਈ ਜਿਹੜਾ ਸ਼ਬਦ ਹੈ ਗੁਰੂ ਦੇ ਸ਼ਬਦ ਦਾ ਜਾਪ ਹੈ ਉਹਦੀ ਕਮਾਈ ਕਿਸੇ ਕੋਲੋਂ ਕੋਈ ਨਹੀਂ ਜਾ ਸਕਦੀ ਤਾਂ ਸਤਿਗੁਰੂ ਜੀ ਨੇ ਕਹਿੰਦੇ ਰਤਨ ਜਵੇਹਰ ਲਾਲ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਸ ਪਰਮੇਸ਼ਰ ਦੇ ਨਾਮ ਨੂੰ ਬਹੁਤ ਸਤਿਕਾਰ ਦੇ ਨਾਲ ਸਤਿਗੁਰੂ ਜੀ ਕਿਹਾ ਮਾਣਕ ਮੋਤੀ ਇਹ ਬਾਈ ਜੀ ਦਾ ਕੀਮਤੀ ਪੱਥਰ ਨੇ ਇਹ ਪਰਮੇਸ਼ਰ ਦਾ ਨਾਮ ਵੀ ਇਹ ਕੀਮਤੀ ਵਸਤੂ ਹੈ ਹੁਣ ਲੱਗੇ ਨਾ ਹੀ ਸਨ ਦੂਜੀਆਂ ਚੀਜ਼ਾਂ ਨੂੰ ਤਾਂ ਕੋਈ ਚਰਾ ਕੇ ਲਿਜਾ ਸਕਦਾ ਪਰ ਇਹ ਚੀਜ਼ ਚਰਾਈ ਨਹੀਂ ਜਾ ਸਕਦੀ ਜਿਸ ਵੀ ਮਨੁੱਖ ਦੇ ਕੋਲ ਹੋਵੇ ਨਾ ਉਹ ਮਰੇ ਨਾ ਠਾ ਕੇ ਜਾਏ ਜਿਨ ਕੇ ਰਾਮ ਵਸੇ ਮਨ ਪਾਹੇ ਨਾ ਉਹ ਖਾ ਕੇ ਹਗਿਆ ਜਾ ਸਕਦਾ ਨਾ ਉਹ ਜੀਵ ਨੂੰ ਕੋਈ ਮਾਰ ਸਕਦਾ ਇਹਦੇ ਅੰਦਰ ਪਰਮੇਸ਼ਰ ਦਾ ਨਾਮ ਫਸਿਆ ਹੋਵੇ ਤਾਂ ਸਤਿਗੁਰੂ ਜੀ ਕਹਿੰਦੇ ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਾ ਹੀ ਸਨ ਰੰਗ ਸਭੇ ਨਾਰਾਇਣੀ ਜੇਤੇ ਮਨ ਭਵਨ ਜਿੰਨੇ ਸੰਸਾਰ ਵਿੱਚ ਤੁਹਾਨੂੰ ਰੰਗ ਚੰਗੇ ਲੱਗਦੇ ਨੇ ਇਹ ਪਰਮੇਸ਼ਰ ਦੇ ਰੰਗ ਬਣਾਏ ਹੋਏ ਜਿੱਦਾਂ ਸੰਸਾਰ ਵਿੱਚ ਮਾਇਆ ਹੈ ਸਾਧ ਸੰਗਤ ਜੀ ਮਨੁੱਖ ਦੇ ਮਨ ਨੂੰ ਮੋਹਦੀ ਹੈ ਇਹ ਸਾਰੀ ਮਾਇਆ ਪਰਮੇਸ਼ਰ ਦੀ ਖਿਲਾਰੀ ਹੋਈ ਹੈ ਇਹ ਨਹੀਂ ਕੋਈ ਕਿਸੇ ਜਿੱਦਾਂ ਕੋਈ ਸਾਇੰਸਦਾਨਾਂ ਨੇ ਬਹੁਤ ਚੀਜ਼ਾਂ ਬਣਾ ਦਿੱਤੀਆਂ ਨੇ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿ ਬੰਦੇ ਦਾ ਦਿਮਾਗ ਕੱਢ ਕੇ ਬਾਹਰ ਉਹਦੀ ਰਿਪੇਅਰ ਕਰ ਦਿੰਦੇ ਬੰਦੇ ਦਾ ਦਿਲ ਬਾਹਰ ਕੱਢ ਕੇ ਉਹਦੀ ਰਿਪੇਅਰ ਕਰ ਦਿੰਦੇ ਬੰਦੇ ਦੇ ਸਾਰੇ ਸਰੀਰ ਦੀ ਸਾਫ ਸੰਗਤ ਰਿਪੇਅਰ ਕਰ ਦਿੰਦੇ ਆ ਭਾਵੇਂ ਸਾਇੰਸਦਾਨ ਬੜੀ ਤਰੱਕੀ ਕਰ ਚੁੱਕੇ ਨੇ ਪਰ ਭਾਈ ਗੁਰਮੁਖ ਪਿਆਰਿਓ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਾਂ ਪਰਮੇਸ਼ਰ ਦੀ ਜਿਹੜੀ ਬਖਸ਼ਿਸ਼ ਹੈ ਉਹਦੇ ਬਿਨਾਂ ਮਨੁੱਖ ਦੇ ਪੱਲੇ ਵਿੱਚ ਕੁਛ ਨਹੀਂ ਹੈ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਹੁਣ ਲੱਗੇ ਨਾ ਹੀ ਸਨ ਰੰਗ ਸਭੇ ਨਾਰਾਇਣੇ ਜੇ ਕੋਈ ਕਹੇ ਸਾਇੰਸਦਾਨਾਂ ਨੇ ਚੀਜ਼ ਬਣਾਈ ਜਾਂ ਨਹੀਂ ਹੈ ਤਾਂ ਸਾਰੇ ਰੰਗ ਪਰਮੇਸ਼ਰ ਦੇ ਨੇ ਉਹਨੇ ਦੀਵਾਂ ਨੂੰ ਵਡੇਰੀਆਂ ਦਿੱਤੀਆਂ ਹੋਈਆਂ ਕੋਈ ਕਿਸੇ ਨੇ ਚੀਜ਼ ਬਣਾ ਦਿੱਤੀ ਕੋਈ ਕਿਸੇ ਨੇ ਚੀਜ਼ ਬਣਾ ਦਿੱਤੀ ਜੇ ਤੇ ਮਨ ਭਗਵਾਨ ਜੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪਰਮੇਸ਼ਰ ਨੂੰ ਪਾਉਂਦਾ ਹੈ ਉਹੀ ਜੀਵ ਕਰਦੇ ਨੇ ਜੋ ਪਰਮੇਸ਼ਰ ਕਰਾਉਂਦਾ ਹੈ ਉਹੀ ਜੀਵ ਕਰਦੇ ਨੇ ਸਤਿਗੁਰੂ ਬਾਣੀ ਵਿੱਚ ਜਗਦੇ ਕੀਤਾ ਕਰਨਾ ਸਰਬ ਰਜਾਈ ਇਸ ਕੀਤਾ ਜੇ ਕਰ ਸਕੀ ਹੈ ਆਪਣਾ ਕੀਤਾ ਪਿਛੂ ਨਾ ਹੋਵੇ ਜੋ ਹਰ ਭਾਵੇ ਤਿਉਂ ਰੱਖੀ ਹੈ ਸਤਿਗੁਰੂ ਜੀ ਕਹਿੰਦੇ ਭਾਈ ਆਪਣਾ ਕੀਤਾ ਮਨੁੱਖ ਕੁਛ ਨਹੀਂ ਕਰ ਸਕਦਾ ਮਿਸਾਲ ਦੇ ਤੌਰ 'ਤੇ ਮਨੁੱਖ ਦਾ ਸਰੀਰ ਹੀ ਠੀਕ ਨਾ ਰਹੇ ਜਾਂ ਭਾਈ ਮਨੁੱਖ ਦਾ ਦਿਮਾਗ ਖਰਾਬ ਹੋ ਜਾਵੇ ਤਾਂ ਮਨੁੱਖ ਕੁਛ ਨਹੀਂ ਕਰ ਸਕਦਾ ਇਹ ਤਾਂ ਪਰਮੇਸ਼ਰ ਨੇ ਬਖਸ਼ਿਸ਼ਾਂ ਕੀਤੀਆਂ ਨੇ ਅੱਧ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾਂ ਕਹਿ ਧਾਵੇ ਜੇ ਕੋ ਹੋਵੇ ਪਹਿ ਤਾਰ ਇਸ ਦੇਨ ਹਾਰ ਜਾਣੇ ਗਵਾਰ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਜੋ ਪਰਮੇਸ਼ਰ ਨੂੰ ਪਾਉਂਦਾ ਸੰਸਾਰ ਵਿੱਚ ਉਹ ਹੁੰਦਾ ਮਨੁੱਖ ਨਹੀਂ ਕੁਛ ਵੀ ਕਰ ਸਕਦਾ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਆਪਣੇ ਲਈ ਆ ਜੇ ਮੇਰੇ ਪਿਛੜ ਤੋਰ ਬਣ ਜੇ ਕੋਈ ਕਹਿੰਦਾ ਮੈਂ ਆਪਣੇ ਆਪ ਪਰਮੇਸ਼ਰ ਨੂੰ ਮਿਲ ਜਾਂ ਬੜੀ ਦੁਨੀਆਂ ਜ਼ੋਰ ਲਾਉਂਦੀ ਆ ਕੋਈ ਸਮਾਧੀਆਂ ਲਾਉਂਦਾ ਕੋਈ ਭਾਈ ਤੂਣੀਆਂ ਤਾਪਦਾ ਹੈ ਕੋਈ ਪਾਣੀ ਵਿੱਚ ਖੜ੍ਹੇ ਹੋ ਕੇ ਨਾਮ ਜਪਦਾ ਹੈ ਜੇ ਸਤਿਗੁਰੂ ਜੀ ਕਹਿੰਦੇ ਆਪਣੇ ਆਪ ਹੀ ਜੀ ਪਰਮੇਸ਼ਰ ਨੂੰ ਮਿਲ ਜਾਵੇ ਤਾਂ ਪਿਛੜ ਕਿਉਂ ਬਣ ਫਿਰ ਪਿਛੜ ਕੇ ਰੋ ਕਿਉਂ ਰਿਹਾ ਇਹਨੂੰ ਪਰਮੇਸ਼ਰ ਦੀ ਆਪਣੇ ਆਪ ਮਿਲਾਪ ਨਹੀਂ ਹੋ ਸਕਦਾ ਆਪਣਾ ਪਰਮੇਸ਼ਰ ਦਾ ਮਿਲਾਪ ਜਦੋਂ ਵੀ ਹੋਊਗਾ ਸਾਧੂ ਸੰਗ ਪ੍ਰਾਪਤ ਨਾਨਕ ਰੰਗ ਬਣਾ ਜਦੋਂ ਵੀ ਸਾਧੂ ਦੀ ਸੰਗਤ ਹੋਊਗੀ ਸਤਿਗੁਰੂ ਜੀ ਕਹਿੰਦੇ ਸਾਧੂ ਸੰਗ ਪ੍ਰਾਪਤ ਸਾਧੂ ਦੀ ਸੰਗਤ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਕੋਈ ਨਹੀਂ ਸਕਦੀ ਨਾਨਕ ਰੰਗ ਬਣਨ ਹਰ ਜੇਠ ਰੰਗੀਲਾ ਤਿਸ ਤਣੀ ਜਿਸਕੇ ਭਾਗ ਮਥਨ ਉਹਨਾਂ ਪੁਰਖਾਂ ਨੂੰ ਜੇਠ ਦਾ ਮਹੀਨਾ ਸੋਭਨੀ ਹੈ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹੁੰਦੇ ਜਿਨ੍ਹਾਂ ਦੇ ਮੱਥੇ ਦੇ ਭਾਗ ਲਿਖਿਆ ਹੁੰਦਾ ਜਿਨ੍ਹਾਂ ਮਸਤਕ ਤੁਰਹਰ ਲਿਖਿਆ ਜਿਨ੍ਹਾਂ ਸਤਿਗੁਰ ਮਿਲਿਆ ਰਾਮ ਰਾਜੇ ਸੋ ਜਿਸਕੇ ਭਾਗ ਮਥਨ ਜੇਠ ਚੜੰਦਾ ਸਤਿਗੁਰੂ ਜੀ ਕਹਿੰਦੇ ਜਿਸਕੇ ਭਾਗ ਮਥਨ ਆਪਣੇ ਲਈ ਆ ਜੇ ਮੇਰੇ ਪਿੱਛੜ ਕਿਉਂ ਰਵੰਨ ਸਾਧੂ ਸੰਗ ਪ੍ਰਾਪਤ ਨਾਨਕ ਰੰਗ ਬਣਨ ਹਰ ਜੇਠ ਰੰਗੀਲਾ ਤਿਸ ਤਣੀ ਜਿਸਕੇ ਭਾਗ ਮਥਨ
ਜਿਨ੍ਹਾਂ ਦੇ ਭਾਈ ਮੱਥੇ ਦੇ ਭਾਗ ਚੰਗੇ ਹੁੰਦੇ ਨੇ ਉਹਨਾਂ ਨੂੰ ਨੇੜ ਦਾ ਮਹੀਨਾ ਸੋਭ ਨਹੀਂ ਕਰ। ਇਸ ਕਰਕੇ ਗੁਰਮੁਖ ਪਿਆਰਿਓ, ਭਾਵੇਂ ਗਰਮੀ ਦਾ ਮੌਸਮ ਹੈ, ਇਹਦੇ ਵਿੱਚ ਬੜੇ ਮਹਾਂਪੁਰਖ ਸੰਤ ਮਹਾਰਾਜ ਬਾਬਾ ਜਵਾਰਾ ਸਿੰਘ ਜੀ ਮਹਾਰਾਜ ਰੇਤੇ ਵਿੱਚ ਘੁੰਮ ਕੇ ਤਪੱਸਿਆ ਕਰਦੇ ਹੁੰਦੇ ਸੀ, ਬਾਹਰ ਗਰਮੀ ਵਿੱਚ ਘੁੰਮਣਾ ਤਾਂ ਪਰਮੇਸ਼ਰ ਦੇ ਨਾਮ ਨੂੰ ਜਪਣਾ। ਇਸ ਕਰਕੇ ਗੁਰਮੁਖ ਮਹਾਂਪੁਰਖਾਂ ਦੀ ਜੋ ਉਹਨਾਂ ਨੇ ਕੀਤੀ ਆ ਸੰਸਾਰ ਵਿੱਚ ਕਰਨੀ ਕੀਤੀ ਆ, ਉਹਨੂੰ ਦੇਖ ਕੇ ਜਿਹੜੇ ਸੰਸਾਰ ਦੇ ਲੋਕ ਮਹਾਂਪੁਰਸ਼ਾਂ ਮਗਰ ਲੱਗਦੇ ਆ, ਉਹਨਾਂ ਨੂੰ ਉਹੀ ਮਾਰਗ ਮਿਲ ਜਾਂਦਾ ਜਿਸ ਮਾਰਗ 'ਤੇ ਮਹਾਂਪੁਰਖ ਜਾਂਦੇ ਆ, ਉਹ ਸੰਸਾਰ ਵਾਸਤੇ ਇੱਕ ਲੀਹਾਂ ਪਾ ਜਾਂਦੇ ਆ। ਸੰਸਾਰ ਦੇ ਲੋਕ ਫਿਰ ਜਿਹੜੇ ਉਹਨਾਂ ਲੀਹਾਂ ਵਿੱਚ ਤੁਰਦੇ ਨੇ, ਮਹਾਂਪੁਰਸ਼ਾਂ ਦੇ ਦਰਸਾਏ ਹੋਏ ਮਾਰਗ 'ਤੇ ਤੁਰਦੇ ਨੇ, ਉਹ ਭਾਈ ਪਰਮੇਸ਼ਰ ਉਸੇ ਜਗ੍ਹਾ 'ਤੇ ਪਹੁੰਚ ਜਾਂਦੇ ਨੇ ਜਿੱਥੇ ਮਹਾਂਪੁਰਸ਼ ਪਹੁੰਚਦੇ ਆ। ਜਿੱਦਾਂ ਇੱਕ ਅੰਨਾ ਬੰਦਾ ਸਜਾਖੇ ਬੰਦੇ ਦਾ ਲੜ ਫੜ ਲਵੇ, ਜਿੱਥੇ ਸਜਾਖਾ ਬੰਦਾ ਪਹੁੰਚ ਜਾਂਦਾ ਅੰਨਾ ਬੰਦਾ ਵੀ ਉਸੇ ਜਗ੍ਹਾ 'ਤੇ ਪਹੁੰਚ ਜਾਂਦਾ। ਸੋ ਇਸ ਕਰਕੇ ਗੁਰਮੁਖੋ ਇਹ ਜੇਠ ਦਾ ਮਹੀਨਾ ਸਿੱਖ ਧਰਮ ਦੇ ਵਾਸਤੇ ਇੱਕ ਬਹੁਤ ਮਹਾਨਤਾ ਰੱਖਦਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਇਸ ਮਹੀਨੇ ਦੇ ਵਿੱਚ ਹੀ ਹੋਈ ਹੈ। ਸੋ ਇਸ ਕਰਕੇ ਸੰਤ ਬਾਬਾ ਜਵਾਰਾ ਸਿੰਘ ਜੀ ਮਹਾਰਾਜ ਦੇ ਅਸਥਾਨ 'ਤੇ ਤੁਸੀਂ ਸਾਰੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਹਾਜ਼ਰ ਹੋਏ ਹੋ। ਇਸ ਕਰਕੇ ਰਾਗੀ ਢਾਡੀ ਕਮਿਸ਼ਨ ਜਥੇ ਬਹੁਤ ਆਏ ਨੇ, ਹੋਰ ਵੀ ਮਹਾਂਪੁਰਖ ਗੁਰਮੁਖ ਪਿਆਰੇ ਕਥਾਵਾਚਕ ਵੀ ਪਹੁੰਚੇ ਨੇ, ਉਹ ਤੁਹਾਨੂੰ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਜੋੜਨਾ ਕਰਨਗੇ। ਰਾਗੀ ਢਾਡੀ ਕਮਿਸ਼ਨ ਉਹ ਵੀ ਆਪ ਨੂੰ ਗੁਰੂ ਦਾ ਜਸ ਕਰਕੇ, ਗੁਰੂ ਦੀ ਵਡਿਆਈ ਕਰਕੇ, ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜਨ ਦਾ ਯਤਨ ਕਰਨਗੇ। ਸੋ ਅਰਦਾਸ ਜੀ ਦੀ ਸੇਵਾ ਪ੍ਰਵਾਨ ਕਰੋ ਜੀ, ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।